ਨਸ਼ਿਆਂ ਦੇ ਮਾਮਲੇ ਵਿੱਚ ਐਸਐਸਪੀ ਫਿਰੋਜ਼ਪੁਰ ਸੰਦੀਪ ਗੋਇਲ ਵੱਲੋਂ ਇੱਕ ਸੈਮੀਨਾਰ ਦੌਰਾਨ ਆਪਣੇ ਹੀ ਵਿਭਾਗ ਦੇ ਕਰਮਚਾਰੀਆਂ ਨੂੰ ਲਗਾਈ ਜਾ ਰਹੀ ਫਟਕਾਰ ਅਤੇ ਉਹਨਾਂ ਨੂੰ ਕਾਲੀਆਂ ਭੇਡਾਂ ਕਹਿਣ ਵਾਲੀ ਗੱਲ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਦਰਅਸਲ ਫਿਰੋਜ਼ਪੁਰ ਦੇ ਐਸਐਸਪੀ ਸੰਦੀਪ ਗੋਇਲ ਵੱਲੋਂ ਬੀਤੇ ਦਿਨੀ ਨਸ਼ਿਆਂ ਸੰਬੰਧੀ ਇੱਕ ਹੋਏ ਸੈਮੀਨਾਰ ਦੌਰਾਨ ਨਸ਼ਾ ਤਸਕਰਾਂ ਨਾਲ ਪੁਲਿਸ ਮੁਲਾਜ਼ਮਾਂ ਦੀ ਮਿਲੇਭਗਤ ਹੋਣ ਦੀ ਗੱਲ ਕਬੂਲਣ ਦੀ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋ ਰਹੀ ਹੈ ਤੇ ਹਰ ਕੋਈ ਐਸਐਸਪੀ ਸੰਦੀਪ ਗੋਇਲ ਨੂੰ ਇਮਾਨਦਾਰ ਅਫਸਰ ਕਹਿ ਰਿਹਾ ਹੈ। ਵੀਡੀਓ ਵਿੱਚ ਐਸਐਸਪੀ ਸੰਦੀਪ ਗੋਇਲ ਇਹ ਕਹਿੰਦੇ ਵੀ ਸੁਣਾਈ ਦੇ ਰਹੇ ਹਨ ਕਿ ਜੋ ਪੁਲਿਸ ਕਰਮਚਾਰੀ ਨਸ਼ਾ ਵੇਚਣ ਦੇ ਕਾਰੋਬਾਰ ਵਿੱਚ ਸ਼ਾਮਲ ਹਨ ਉਹਨਾਂ ਖਿਲਾਫ ਮੁਕੱਦਮੇ ਦਰਜ ਕੀਤੇ ਜਾਣਗੇ। ਹੁਣ ਹਮ ਆ ਕੇ ਇੱਥੇ ਪਹੁੰਚੇ, ਪਹਿਲਾਂ ਜਦੋਂ ਮੈਂ ਆਇਆ ਸੀ ਸਟੇਜ 'ਤੇ ਤਾਂ ਮੈਂ ਤੁਹਾਡਾ ਧੰਨਵਾਦ ਕੀਤਾ ਕਿ ਤੁਸੀਂ ਇੱਥੇ ਪਹੁੰਚੇ, ਪਰ ਹੁਣ ਮੈਂ ਧੰਨਵਾਦ ਇਸ ਕਰਕੇ ਕਰ ਰਿਹਾ ਕਿ ਤੁਸੀਂ ਸਾਨੂੰ ਸ਼ੀਸ਼ਾ ਦਿਖਾਇਆ ਜੋ ਕਿ ਜਨਤਾ ਦਾ ਫਰਜ਼ ਹੈ। ਮਿੱਠੀਆਂ ਬੋਲੀਆਂ ਕਰਨੀਆਂ ਸਾਡੇ ਮੂੰਹ 'ਤੇ, ਸਾਡੀਆਂ ਤਾਰੀਫਾਂ ਕਰਨੀਆਂ, ਤਾਂ ਉੱਥੋਂ ਪਤਾ ਲੱਗਦਾ ਕਿ ਸਭ ਝੂਠ ਬੋਲ ਰਹੇ ਨੇ। ਜੋ ਸੱਚਾਈ ਹੈ ਤੁਸੀਂ ਬਿਆਨ ਕੀਤੀ, ਤੁਸੀਂ ਦੁਖੀ ਹੋ, ਤੁਹਾਡਾ ਦੁੱਖ ਉੱਭਰ ਕੇ ਸਾਹਮਣੇ ਆਇਆ। ਜੇ ਮੈਂ ਇਸ ਜ਼ਿਲ੍ਹੇ ਦਾ ਮੁਖੀ ਹੈ, ਉਸ ਦਾ ਸਾਰੀ ਜ਼ਿੰਮੇਵਾਰੀ ਮੇਰੀ ਬਣਦੀ ਹੈ, ਮੈਂ ਪਬਲਿਕਲੀ ਇਸ ਨੂੰ ਅਸੈਪਟ ਕਰਦਾ। ਜੇ ਕਦੇ ਅਸੀਂ ਫੇਲ ਹੈ ਤਾਂ ਮੇਰੀ ਇਹਦੇ ਵਿੱਚ ਪੂਰੀ ਸ਼ਮੂਲੀਅਤ ਹੈ। ਮੈਨੂੰ ਭਾਵੇਂ 3 ਮਹੀਨੇ ਹੋਏ ਆ, ਪਰ ਮੈਨੂੰ ਇੱਥੇ ਕੰਮ ਕਰਨਾ ਚਾਹੀਦਾ। ਦੂਸਰੀ ਗੱਲ, ਜਿੰਨੀ ਤਨਖਾਹਾਂ ਸਾਡੇ ਪੁਲਿਸ ਨੂੰ ਮਿਲਦੀਆਂ ਸ਼ਾਇਦ ਕਿਸੇ ਹਿੰਦੁਸਤਾਨ ਦੇ ਵਿੱਚ ਕਿਸੇ ਨੂੰ ਵੀ ਨਹੀਂ। 70-70 ਹਜ਼ਾਰ ਰੁਪਇਆ ਇਹ ਲੈਂਦੇ ਨੇ, 1.5 ਲੱਖ ਰੁਪਇਆ ਮੈਨੂੰ ਦਿੰਦੀ ਹੈ ਸਰਕਾਰ, ਧਰ ਦਿੰਦੀ ਹੈ, ਤੇਲ ਦਿੰਦੀ ਹੈ, ਐਸ਼ੋ ਆਰਾਮ ਕਰਾਉਂਦੇ ਸਾਨੂੰ। ਸਾਡੇ ਲਈ ਸ਼ਰਮ ਦੀ ਗੱਲ ਹੈ ਜੇ ਅਸੀਂ ਸੁਸਾਇਟੀ ਲਈ ਐਸੇ ਵਰਗ ਤੋਂ ਆਏ ਹਾਂ, ਲੋਕਾਂ ਨੂੰ ਰੋਟੀ ਨਹੀਂ ਮਿਲਦੀ, ਅਤੇ ਅਸੀਂ 70-80 ਹਜ਼ਾਰ ਲੱਖ ਰੁਪਇਆ ਲੈ ਕੇ ਆਪਣੇ ਫਰਜ਼ਾਂ ਤੋਂ ਭੱਜ ਰਹੇ। ਮੈਂ ਆਪਣੀ ਫੋਰਸ ਨੂੰ ਅਪੀਲ ਕਰਦਾ ਕਿ ਲੋਕਾਂ ਦੀ ਆਵਾਜ਼ ਸੁਣੋ। ਇਹ ਸਵਰਗ ਨਰਕ ਜਿਹੜਾ ਆਈ ਜੀ ਸਾਹਿਬ ਨੇ ਤਾਂ ਕਿਹਾ ਵੀ ਚਲੋ ਆਪਾਂ ਛੱਡ ਦਿੰਦੇ ਹਾਂ, ਪਰ ਮੈਂ ਤੁਹਾਨੂੰ ਕਹਿੰਦਾ ਸਵਰਗ ਨਰਕ ਇੱਥੇ ਹੀ ਹੈ। ਹਰਾਮ ਦੀ ਕਮਾਈ ਖਾਓਗੇ, ਬੱਚਿਆਂ ਤੱਕ ਜਾਊਗੀ, ਨਸ਼ਿਆਂ ਦੀ ਕਰਮ ਕਰੋਗੇ, ਤੁਹਾਡੇ ਜਵਾਕਾਂ ਤੱਕ ਕੋਲ ਪੈ ਜਾਣਾ। ਇਸ ਪੀੜ੍ਹੀ 'ਚ ਨਾ ਪਊਗਾ, ਅਗਲੀ ਪੀੜ੍ਹੀ 'ਚ ਪੈ ਜੂ, ਅਗਲੀ ਪੀੜ੍ਹੀ 'ਚ ਪਾਊਗਾ, ਤੀਜੀ ਪੈੜੀ। ਆਪਾਂ ਤਾਂ 7-7 ਪੀੜ੍ਹੀਆਂ ਦੇ ਪੈਸੇ ਇਕੱਠੇ ਕਰਨ ਕਰਨ ਫਿਰਦੇ। ਬਿਲਕੁਲ ਗੱਲ ਤੁਹਾਡੀ ਠੀਕ ਹੈ, ਬਿਲਕੁਲ ਖੁਸ਼ ਹਾਂ ਮੈਂ। ਮੈਂ ਇਸ ਕਰਕੇ ਨਹੀਂ ਕਿ ਮੇਰਾ ਸਿਰ ਝੁਕਦਾ, ਸਿਰ ਝੁਕਦਾ ਤੁਹਾਡੀ ਸੱਚਾਈ ਦੇ ਅੱਗੇ। ਬਿਲਕੁਲ ਸੱਚ ਬੋਲਿਆ ਤੁਸੀਂ, ਬਿਲਕੁਲ ਸੱਚ ਬੋਲਿਆ। ਭਰਿਆ ਪੀਤਾ ਮੈਂ ਹੈਗਾ, ਮੈਂ ਸਾਰੇ ਪਾਸੇ ਸੁਣੀ ਹੈ, ਨਲੈਕੀ ਹੈ ਸਾਡੀ, ਕਿਸੇ ਹੋਰ ਮਹਿਕਮੇ ਦੀ ਹੋਵੇ ਨਾ ਹੋਵੇ, ਵਿਜ਼ੀਬਲ ਬਿੰਗ ਸਾਡਾ, ਲਾ ਇਨਫੋਰਸਮੈਂਟ ਸਾਡੀ ਹੈ। ਜਿਹੜੀ ਤੁਸੀਂ ਕਹਿੰਦੇ ਹੋ ਆਮ ਬੀਬੀ ਆਈ, ਮੈਨੂੰ ਘਰ ਵਾਲੇ ਨੇ ਕੁੱਟ ਕੇ ਭੇਜਿਆ 12 ਵਜੇ, ਹੁਣ ਪੈਸੇ ਲੈਣੇ ਹੋਣ ਰਾਤ ਦੇ 3 ਵਜੇ ਘਰੇ ਚਲੇ ਜਾਣਗੇ। ਕੋਈ ਦੁਖੀ ਫਰਿਆਦੀ ਆ ਜੇ ਨਾ, ਟਾਈਮ ਹੈ ਨਹੀਂ, ਉੱਧਰ ਜਾਣਾ ਇੱਧਰ ਜਾਣਾ। ਬਿਲਕੁਲ ਤੁਹਾਡੀ ਗੱਲ ਸਹੀ ਹੈ, ਆਬਜ਼ਰਵੇਸ਼ਨ ਇਜ਼ ਐਬਸੋਲੂਟਲੀ ਰਾਈਟ। ਪੁਲਿਸ ਦੀ ਸਾਜ ਬਾਜ ਤੋਂ ਬਗੈਰ ਕੁਛ ਵੀ ਨਹੀਂ ਹੋ ਸਕਦਾ। ਇਹ ਪੁਲਿਸ ਨੂੰ ਜਿਹੜੀਆਂ ਆਈ ਜੀ ਸਾਹਿਬ ਨੂੰ ਅਸੀਂ ਜਨਮ ਦਿੱਤੀ, ਡੀਸੀ ਸਾਹਿਬ ਇੱਥੇ ਬੈਠੇ ਨੇ, ਚੌਹਾਨ ਸਾਹਿਬ ਨੇ, ਅਸੀਂ ਸਾਰੀ ਉਮਰ ਏਸੀਆਂ ਦੇ ਵਿੱਚ ਬੈਠੇ ਹਾਂ, ਸਰਹੱਦਾਂ ਦੇ ਇਹ ਲੋਕੀ ਲੜੀ ਜਾਂਦੇ ਨੇ। ਅਸੀਂ ਜਦੋਂ ਇਹ ਆਏ ਫਿਰ ਇਹਨਾਂ ਨੂੰ ਕੰਮ 'ਤੇ ਲਾਤਾ ਵੀ ਇਹਨਾਂ ਨੂੰ ਤਾਂ ਚਾਹੀਦਾ ਸੀ ਅਸੀਂ ਇਹਨਾਂ ਨੂੰ ਸਨਮਾਨ ਕਰਦੇ, ਆਪਦੀ ਰਹਿੰਦੀ ਜ਼ਿੰਦਗੀ ਇਹ ਆਪਦਾ ਆਰਾਮ ਨਾਲ ਕੱਟਦੇ। ਅਸੀਂ ਫਿਰ ਇਹਨਾਂ ਨੂੰ ਕੰਮ 'ਤੇ ਲਾਤਾ, ਤੁਸੀਂ ਨਸ਼ੇ ਲਈ ਲੜੋ। ਅਸੀਂ ਕੀ ਕਰਦੇ ਭਾਈ, ਸਾਡੇ ਵੀ ਵਰਦੀ ਪਾਈ ਹੈ, ਜਿਹੜੀਆਂ ਕਾਲੀਆਂ ਭੇਡਾਂ, ਸ਼ਰਮ ਆਉਣੀ ਚਾਹੀਦੀ ਹੈ। ਮੈਨੂੰ ਪਬਲਿਕਲੀ ਕੋਈ ਇਸ ਵਿੱਚ ਹਰਜ ਨਹੀਂ, ਜਿਹੜਾ ਕਾਲੀਆਂ ਭੇਡਾਂ ਉਹ ਬੰਦੇ ਨੂੰ, ਉਹ ਵੀ ਬੰਦੇ ਉਹਨੂੰ ਤਾਂ ਸਜ਼ਾ ਮਿਲਣੀ ਮਿਲਣੀ ਹੈ। ਮੈਂ ਤੁਹਾਡਾ ਵਾਅਦਾ ਕਰਦਾ, ਮੈਂ ਇੱਥੇ ਐਸਐਸਪੀ ਰਿਹਾ ਤਾਂ ਇਹਨਾਂ ਕਾਲੀਆਂ ਭੇਡਾਂ ਨੂੰ ਪਰਚਾ ਦੇ ਕੇ ਅੰਦਰ ਕਰਕੇ ਹੀ ਜਾਊਂ। ਔਰ ਇੱਥੋਂ ਬਦਲ ਕੇ ਜੇ ਕਿਸੇ ਸਰਕਾਰਾਂ ਨੂੰ ਕਿਤੇ ਹੋਰ ਭੇਜਿਆ, ਅੱਖ ਰੱਖੂੰਗਾ, ਘੱਟੋ ਘੱਟ 20 ਇਸੇ ਸਾਲ ਦੇ ਵਿੱਚ ਪਰਚੇ ਦੇ ਕੇ ਅੰਦਰ ਕਰਕੇ ਜਾਊਂਗਾ ਸਾਰੇ। ਇੰਨਾ 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 ਸੰਤਾਪ ਹੈ ਇਸ ਲੋਕਾਂ ਦੇ ਵਿੱਚ, ਸ਼ਰਮ ਆਉਣੀ ਚਾਹੀਦੀ ਹੈ ਸਾਨੂੰ ਪੁਲਿਸ ਨੂੰ। ਮੈਂ ਇੱਥੇ ਧੰਨਵਾਦ ਕੀ ਕਰਾਂ, ਮੈਂ ਤਾਂ ਤੁਸੀਂ ਜਿਹੜਾ ਸ਼ੀਸ਼ਾ ਦਿਖਾਇਆ ਮੇਰੇ ਕੋਲ ਤਾਂ ਕੋਈ ਗੱਲ ਕਰਨ ਨੂੰ ਹੈ ਨਹੀਂ।